ਐਸੀ ਸਕਾਲਰਸ਼ਿਪ ਜਦੋਂ ਦੇ ਮੇਰੇ ਕੋਲ ਡਿਪਾਰਟਮੈਂਟ ਆਇਆ ਸੀ ਕਦੀ ਵੀ ਨਹੀਂ ਰੋਕੀ। ਜਿਹੜਾ ਰੋਕਣ ਵਾਲਾ ਸੀਗਾ ਸਿਲਸਿਲਾ ਇਹ 17 ਤੋਂ 20 ਤੱਕ ਹੋਇਆ ਪੁਰਾਣੀ ਸਰਕਾਰ ਵੇਲੇ, ਔਰ ਸੈਂਟਰ ਗਵਰਨਮੈਂਟ ਨੇ ਪੈਸਾ ਬੰਦ ਕੀਤਾ ਬੱਚਿਆਂ ਦਾ, ਔਰ ਜੋ ਸਟੇਟ ਦਾ ਸ਼ੇਅਰ ਸੀ ਉਹ ਵੀ ਨਹੀਂ ਦਿੱਤਾ ਗਿਆ। ਹੁਣ ਅਸੀਂ ਉਹ ਵੀ ਸ਼ੇਅਰ ਜਿਹੜਾ ਸਟੇਟ ਦਾ ਸ਼ੇਅਰ 17 ਤੋਂ 20 ਤੱਕ ਦਾ ਵੀ ਕਾਲਜਾਂ ਨੂੰ ਪਾ ਰਹੇ ਹਾਂ, ਔਰ ਕੋਸ਼ਿਸ਼ ਇਹੀ ਸੀ ਕਿ ਦਸੰਬਰ ਤੱਕ ਸਾਰਿਆਂ ਦਾ ਪੈ ਜਾਵੇ। ਜਿੰਨੇ ਵੀ ਕਾਲਜ ਸਾਨੂੰ ਸਹੀ ਲੱਗਣਗੇ ਐਡੀਸ਼ਨ ਕਰਾ ਕੇ ਉਹਨਾਂ ਨੂੰ ਇਹ ਪੈਸਾ ਮਿਲੇਗਾ। ਬਹੁਤ ਵੱਡਾ ਇਹ ਇੱਕ ਜਾਲ ਬਣਿਆ ਹੋਇਆ ਸੀਗਾ ਕਿ ਰੈਜ਼ਰਵੇਸ਼ਨ ਜਿਹੜੀ ਸੀ ਉਹ ਲੋਕਾਂ ਦਾ ਹੱਕ ਮਾਰਿਆ ਜਾ ਰਿਹਾ ਸੀ। ਅਸੀਂ ਹੁਣ ਤੱਕ ਜਦੋਂ ਦੇ ਧਿਆਨ ਵਿੱਚ ਆਉਂਦੇ ਰਹੇ, ਜਿਹਨੇ ਜਿਹਨੇ ਵੀ ਧਿਆਨ 'ਚ ਲਿਆਂਦਾ, ਤਕਰੀਬਨ 59 ਕੇਸ ਅਸੀਂ ਜਿਹੜੇ ਆ ਉਹ ਜ਼ਬਤ ਕੀਤੇ ਆ, ਅਸੀਂ ਸਰਟੀਫਿਕੇਟ ਕੈਂਸਲ ਕੀਤੇ ਆ, ਪਰ ਇਹ ਪ੍ਰੋਸੈਸ ਹਲੇ ਕੰਟੀਨਿਊ ਚੱਲਦਾ ਰਹੇ। ਸਭ ਤੋਂ ਪਹਿਲਾਂ ਤਾਂ ਮੈਂ ਅੱਜ, ਕਿਉਂਕਿ ਬਾਅਦ ਅੱਜ ਅਸੀਂ ਲੋਕਾਂ ਨੂੰ ਸਮਰਪਿਤ ਕਰਨੀ ਹੈ, ਔਰ ਅਬੋਹਰ ਦੇ ਲੋਕਾਂ ਲਈ ਇਹ ਬਹੁਤ ਵੱਡੀ ਗੱਲ ਰਹੇਗੀ। ਜਿੱਥੋਂ ਤੱਕ ਅਸੀਂ ਮਹਿਲਾ ਸ਼ਕਤੀਕਰਨ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਸਕੀਮਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਓਰੀਐਂਟ ਕਰੀਏ ਔਰਤਾਂ ਦੇ ਵੱਲ। ਕੋਈ ਸਪੈਸੀਫਿਕ ਸਕੀਮ ਜਿਹੜੀ ਔਰਤਾਂ ਲਈ ਰੱਖੀ ਜਾਵੇ, ਜੋ ਵੀ ਸਰਕਾਰ ਦੀਆਂ ਸਕੀਮਾਂ ਜਿੱਥੇ ਔਰਤਾਂ ਨੂੰ ਲਾਭ ਪਹੁੰਚਾਇਆ ਜਾ ਸਕਦਾ, ਉਹ ਸਕੀਮਾਂ ਦੇ ਵਿੱਚ ਅਸੀਂ ਇਹ ਇੰਸ਼ਿਓਰ ਕਰਾਂਗੇ ਕਿ 50% ਜਿਹੜਾ ਔਰਤਾਂ ਨੂੰ ਉਸਦਾ ਬੈਨੀਫਿਟ ਮਿਲੇ ਹਰ ਸਕੀਮ ਦੇ ਵਿੱਚੋਂ। ਔਰ ਉਹਦੇ ਵਿੱਚ ਅਸੀਂ ਪਹਿਲਾਂ 4 ਡਿਪਾਰਟਮੈਂਟ ਚੁਣੇ ਸੀ, 2 ਮੇਰੇ ਕੋਲ ਹੀ ਹੈ, ਸੋਸ਼ਲ ਸਿਕਿਉਰਿਟੀ, ਸੋਸ਼ਲ ਜਸਟਿਸ, ਉਹਦੇ 'ਚ ਅਸੀਂ ਲੇਬਰ ਡਿਪਾਰਟਮੈਂਟ ਵੀ ਲਿਆ ਹੈ, ਔਰ ਇਹਨੂੰ ਅਸੀਂ ਇੰਪਲੀਮੈਂਟ ਕਰਨ ਲਈ ਬਾਰ ਬਾਰ ਮੀਟਿੰਗਸ ਕਰ ਰਹੇ ਹਾਂ, ਔਰ ਟਾਈਮ ਜ਼ਰੂਰ ਲੱਗੇਗਾ ਪਰ ਇਸ ਦੇ ਨਤੀਜੇ ਬਹੁਤ ਚੰਗੇ ਆਉਣਗੇ। ਇੱਕ ਐਸੀ ਸਰਟੀਫਿਕੇਟ ਫਰਜ਼ੀ ਸੀ, ਕਿੰਨੇ ਸਰਟੀਫਿਕੇਟ ਫਰਜ਼ੀ ਪਾਏ ਗਏ, ਕਿੰਨੇ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਜੀ? ਬਹੁਤ ਵੱਡਾ ਇਹ ਇੱਕ ਜਾਲ ਬਣਿਆ ਹੋਇਆ ਸੀਗਾ ਕਿ ਰੈਜ਼ਰਵੇਸ਼ਨ ਜਿਹੜੀ ਸੀ ਉਹ ਲੋਕਾਂ ਦਾ ਹੱਕ ਮਾਰਿਆ ਜਾ ਰਿਹਾ ਸੀ। ਅਸੀਂ ਹੁਣ ਤੱਕ ਜਦੋਂ ਦੇ ਧਿਆਨ ਵਿੱਚ ਆਉਂਦੇ ਰਹੇ, ਜਿਹਨੇ ਜਿਹਨੇ ਵੀ ਧਿਆਨ 'ਚ ਲਿਆਂਦਾ, ਤਕਰੀਬਨ 59 ਕੇਸ ਅਸੀਂ ਜਿਹੜੇ ਆ ਉਹ ਜ਼ਬਤ ਕੀਤੇ ਆ, ਅਸੀਂ ਸਰਟੀਫਿਕੇਟ ਕੈਂਸਲ ਕੀਤੇ ਆ, ਪਰ ਇਹ ਪ੍ਰੋਸੈਸ ਹਲੇ ਕੰਟੀਨਿਊ ਚੱਲਦਾ ਰਹੇਗਾ। ਇੱਕ ਮਾਸਟਰ ਇੱਥੇ ਫਰਜ਼ੀ ਡਿਗਰੀਆਂ ਦੇਣ ਦਾ ਕੰਮ ਕਰਦਾ ਹੈ, ਇੱਕ ਦੋ ਵਾਰੀ ਤੁਹਾਨੂੰ ਵੀ ਉਹਨਾਂ ਨੇ ਕਾਲ ਕੀਤਾ ਸੀ ਇਸ ਪ੍ਰੋਗਰਾਮ ਨੂੰ ਅਟੈਂਡ ਕਰਨ ਵਾਸਤੇ, ਚੀਫ ਗੈਸਟ ਦੇ ਤੌਰ ਤੇ ਤੁਹਾਨੂੰ ਬੁਲਾਇਆ ਸੀਗਾ, ਉਹ ਤੁਹਾਡੇ ਸ਼ੈਲਟਰ ਲੈ ਕੇ, ਰਾਜਨੀਤਿਕ ਸ਼ੈਲਟਰ ਲੈ ਕੇ ਕੰਮ ਕਰ ਰਹੇ ਆ? ਦੇਖੋ, ਮੇਰਾ ਕਿਸੇ ਲਈ ਕੋਈ ਸ਼ੈਲਟਰ ਨਹੀਂ ਹੈ। ਜੇ ਤੁਹਾਡੇ ਕੋਈ ਧਿਆਨ 'ਚ ਇਹੋ ਜਿਹੀ ਗੱਲ ਹੈ ਤਾਂ ਮੈਨੂੰ ਤੁਸੀਂ ਉਸੇ ਵੇਲੇ ਹੀ ਦੱਸਣਾ ਸੀ, ਇਨਫੋਰਮ ਕਰਨਾ ਨਹੀਂ, ਸੀ। ਮੈਂ ਤਾਂ ਅਵੇਲੇਬਲ ਨਹੀਂ ਸੀ। ਹਾਂ, ਔਰ ਮੇਰਾ ਸ਼ੈਲਟਰ ਗਵਰਨਮੈਂਟ ਦਾ ਇਹ ਇੱਕ ਸਪੋਰਟ ਹੁੰਦੀ ਹੈ ਕਿ ਅਸੀਂ ਬੱਚਿਆਂ ਨੂੰ ਸਕਾਲਰਸ਼ਿਪ ਦਈਏ। ਫਰਜ਼ੀ ਡਿਗਰੀਆਂ ਦੇਣਾ ਕਦੀ ਵੀ ਗਵਰਨਮੈਂਟ ਦਾ ਕੋਈ ਉਹਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਜੇ ਕੋਈ ਕਰ ਰਿਹਾ ਜਾਂ ਕਿਹੜੇ ਡਿਪਾਰਟਮੈਂਟ 'ਚ ਕਰ ਰਿਹਾ, ਤੁਸੀਂ ਨੋਟਿਸ 'ਚ ਲਿਆਓ, ਅਸੀਂ ਐਕਸ਼ਨ ਲਵਾਂਗੇ। ਮੈਮ, ਐਸੀ ਸਕਾਲਰਸ਼ਿਪ ਕਾਫੀ ਟਾਈਮ ਤੋਂ ਰੁਕੀ ਹੋਈ ਸੀ, ਹੁਣ ਤੱਕ ਕਿੰਨੀਆਂ ਜਾਰੀਆਂ ਕੀਤੀਆਂ ਜਾ ਸਕਦੀਆਂ? ਐਸੀ ਸਕਾਲਰਸ਼ਿਪ ਜਦੋਂ ਦੇ ਮੇਰੇ ਕੋਲ ਡਿਪਾਰਟਮੈਂਟ ਆਇਆ ਸੀ ਕਦੀ ਵੀ ਨਹੀਂ ਰੋਕੀ। ਜਿਹੜਾ ਰੋਕਣ ਵਾਲਾ ਸੀਗਾ ਸਿਲਸਿਲਾ ਇਹ 17 ਤੋਂ 20 ਤੱਕ ਹੋਇਆ ਪੁਰਾਣੀ ਸਰਕਾਰ ਵੇਲੇ, ਔਰ ਸੈਂਟਰ ਗਵਰਨਮੈਂਟ ਨੇ ਪੈਸਾ ਬੰਦ ਕੀਤਾ ਬੱਚਿਆਂ ਦਾ, ਔਰ ਜੋ ਸਟੇਟ ਦਾ ਸ਼ੇਅਰ ਸੀ ਉਹ ਵੀ ਨਹੀਂ ਦਿੱਤਾ ਗਿਆ। ਹੁਣ ਅਸੀਂ ਉਹ ਵੀ ਸ਼ੇਅਰ ਜਿਹੜਾ ਸਟੇਟ ਦਾ ਸ਼ੇਅਰ 17 ਤੋਂ 20 ਤੱਕ ਦਾ ਵੀ ਕਾਲਜਾਂ ਨੂੰ ਪਾ ਰਹੇ ਹਾਂ, ਔਰ ਕੋਸ਼ਿਸ਼ ਇਹੀ ਸੀ ਕਿ ਦਸੰਬਰ ਤੱਕ ਸਾਰਿਆਂ ਦਾ ਪੈ ਜਾਵੇ। ਜਿੰਨੇ ਵੀ ਕਾਲਜ ਸਾਨੂੰ ਸਹੀ ਲੱਗਣਗੇ ਐਡੀਸ਼ਨ ਕਰਾ ਕੇ ਉਹਨਾਂ ਨੂੰ ਇਹ ਪੈਸਾ ਮਿਲੇਗਾ। ਮੈਡਮ, 1,000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਸਰਕਾਰ ਬਣਨ ਤੋਂ ਪਹਿਲਾਂ, ਕਦੋਂ ਤੱਕ ਦਿੱਤਾ? ਦੇਖੋ ਜੀ, ਅਸੀਂ ਲੱਗੇ ਹੋਏ ਆ, ਅਸੀਂ ਆਪਣੇ ਵੱਲੋਂ ਸਾਰਾ ਪ੍ਰਪੋਜ਼ਲ ਵੀ ਤਿਆਰ ਕਰਕੇ ਭੇਜਿਆ ਹੋਇਆ, ਔਰ ਮਾਨ ਸਾਹਿਬ ਦੇ ਪੂਰਾ ਧਿਆਨ 'ਚ ਹੈ। ਜਦੋਂ ਵੀ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਹੁਣ ਸਮਰੱਥ ਹੋ ਗਏ, ਇਹਨੂੰ ਅਸੀਂ ਜਲਦ ਲਾਗੂ ਕਰ ਦਿੰਦੇ।
ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਮਾਨਤਾ ਦੇਣ ਵਾਸਤੇ ਉਹਦਾ ਪੰਜਾਬ ਤੇ ਕੀ ਅਸਰ ਰਹੇਗਾ? ਦੇਖੋ ਇੱਕ ਗੱਲ ਹੁੰਦੀ ਹੈ ਆਪਾਂ ਸਟੇਟ ਦੀ ਗੱਲ ਕਰਦੇ ਹਾਂ, ਇੱਕ ਵਾਰ ਅਸੀਂ ਦੇਸ਼ ਦੀ ਗੱਲ ਕਰਦੇ ਹਾਂ। ਸੋ ਜੇ ਅਸੀਂ ਥੋੜਾ ਜਿਹਾ ਵੱਡਾ ਸੋਚੀਏ ਤਾਂ ਦੇਸ਼ ਵੀ ਸਾਡਾ ਹੀ ਹੈ। ਸੋ ਅਸੀਂ ਵਿਤਕਰੇਬਾਜ਼ੀ ਨਹੀਂ ਕਰ ਸਕਦੇ ਕਿਸੇ ਦੇ ਨਾਲ ਕਿ ਉਹ ਦੂਜੀ ਸਟੇਟ ਚੋਂ ਆਇਆ। ਜੇ ਦੂਜੇ ਕਾਲਜ ਵੀ ਅੱਛੇ ਨੇ ਤਾਂ ਉਹਨਾਂ ਨੂੰ ਕੋਈ ਮਾਨਤਾ ਦੇਣਾ ਕੋਈ ਗੁਨਾਹ ਨਹੀਂ ਹੈ। ਆਪਣੇ ਆਪ ਹਟ ਕੇ ਗਏ। ਹਾਂ, ਪਰ ਇਸ ਦੇ ਵਿੱਚ ਅਸੀਂ ਆਪਣੇ ਪੰਜਾਬ ਦੇ ਬੱਚਿਆਂ ਦਾ ਜਿਹੜਾ ਹੱਕ ਹੈ ਉਹ ਕਦੀ ਵੀ ਨਹੀਂ ਮਰਨ ਦੇਣਾ। ਮੈਡਮ, ਇੱਕ ਅਬੋਹਰ ਦੇ ਵਿੱਚ ਰੀਸੈਂਟਲੀ ਕੁਛ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਈਵੀਐਮ ਤੇ ਸਵਾਲ ਚੁੱਕੇ ਸੀ, ਧਰਨਾ ਵੀ ਲਾਇਆ ਸੀ, ਤੁਸੀਂ ਈਵੀਐਮ ਨੂੰ ਕਿਵੇਂ ਦੇਖਦੇ ਹੋ? ਦੇਖੋ ਜੇ ਸਵਾਲ ਚੁੱਕੇ ਗਏ ਤਾਂ ਮੈਨੂੰ ਲੱਗਦਾ ਇਹਦੀ ਇਨਕੁਆਇਰੀ ਵੀ ਹੋਣੀ ਚਾਹੀਦੀ ਹੈ, ਕਿਉਂਕਿ ਈਵੀਐਮ ਤੇ ਇਹ ਪਹਿਲੀ ਵਾਰੀ ਨਹੀਂ, ਉਸ ਤੋਂ ਪਹਿਲਾਂ ਵੀ ਸਵਾਲ ਚੁੱਕੇ ਜਾਂਦੇ ਰਹੇ ਨੇ। ਔਰ ਜੇਕਰ ਆਪਾਂ ਨੂੰ ਲੱਗਦਾ ਹੈ ਕਿ ਕੋਈ ਈਵੀਐਮ ਦੇ ਲੈਵਲ ਤੇ ਕੋਈ ਬਹੁਤ ਵੱਡੀਆਂ ਸਰਕਾਰਾਂ ਬਣ ਜਾਂਦੀਆਂ ਨੇ ਜਾਂ ਕੁਛ ਹੋਰ ਹੋ ਜਾਂਦਾ ਤਾਂ ਜ਼ਰੂਰ ਇਸ ਦੀ ਇਨਕੁਆਇਰੀ। ਆਮ ਆਦਮੀ ਪਾਰਟੀ ਨੂੰ ਵੀ ਮਿਲੀਆਂ ਸੀ ਈਵੀਐਮ ਦੇ ਦਮ ਤੇ ਮਿਲੀਆਂ ਸੀ। ਦੇਖੋ ਇਹ ਗੱਲ ਅਸੀਂ ਲੋਕਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਲੋਕ ਇਸ ਗੱਲ ਦੀ ਹਾਮੀ ਭਰਦੇ ਨੇ, ਪਸੰਦ ਕਰਦੇ ਆ ਜਾਂ ਹਾਂ, ਕਿ ਉਹ ਇੱਕ ਪਾਰਟੀ ਨੂੰ ਪਸੰਦ ਕਰਦੇ ਨੇ ਜਾਂ ਉਹ ਕਿਸੇ ਪਾਰਟੀਕੂਲਰ ਪਾਲਿਸੀ ਨੂੰ ਪਸੰਦ ਕਰਦੇ ਨੇ ਜਾਂ ਉਹ ਲੋਕ ਕਿਸੇ ਦੇ ਦਬਾਅ ਚ ਆ ਕੇ ਵੋਟਾਂ ਪਾਉਂਦੇ ਨੇ। ਸੋ ਲੋਕਾਂ ਦੀ ਇਹ ਤਾਕਤ ਹੈ, ਲੋਕਤੰਤਰ ਦਾ ਖੁੱਲ ਕੇ ਉਪਯੋਗ ਕਰਨਾ ਚਾਹੀਦਾ। ਸੋ ਆਪਣੀ ਤਾਕਤ ਨੂੰ ਪਛਾਣਨਾ ਚਾਹੀਦਾ। ਮੈਮ, ਬੈਲਟ ਪੇਪਰ ਇਸ ਵਾਰ ਜਿਹੜੇ ਚੋਣਾਂ ਆ ਰਹੇ ਆ, ਕੀ ਬੈਲਟ ਪੇਪਰ ਯੂਜ਼ ਕੀਤੇ ਜਾਣਗੇ? ਮੇਰੇ ਖਿਆਲ ਚ ਤਾਂ ਇਹਦੇ ਚ ਲੋਕਾਂ ਦੀ ਰਾਏ ਲੈ ਲੈਣੀ ਚਾਹੀਦੀ। ਜੇਕਰ ਈਵੀਐਮ ਤੇ ਸਵਾਲ ਉੱਠਦੇ ਨੇ ਤਾਂ ਲੋਕ ਆਪਣੀ ਰਾਏ ਦੇਣ। ਨਹੀਂ, ਸਰਕਾਰ ਕੀ ਕਰੇਗੀ ਅੱਗੇ, ਸਰਪੰਚੀ ਦੇ ਇਲੈਕਸ਼ਨ ਆ ਰਹੇ, ਬਲਾਕ ਸਮਿਤੀ ਦੇ ਇਲੈਕਸ਼ਨ ਆ ਰਹੇ, ਜਿਸ ਤਰ੍ਹਾਂ ਲੋਕ ਸਪੋਰਟ ਕਰਨਗੇ ਸਰਕਾਰ ਹਮੇਸ਼ਾ ਉਹਨਾਂ ਦੇ ਹੱਕ ਚ ਖੜੀ। ਮੈਂ ਆਂਗਨਵਾੜੀ ਵਰਕ ਜਿਹੜੇ ਸੈਂਟਰ ਹੈ ਉਹਨਾਂ ਦੇ ਹਾਲਾਤ ਹੁਣੇ ਠੀਕ ਨਹੀਂ ਹੈਗੇ ਕੁਝ? ਜਿਵੇਂ ਕਹਾ ਕਿ ਆਂਗਨਵਾੜੀ ਸੈਂਟਰਾਂ ਦੇ ਹਾਲਾਤ ਹੁਣ ਖਰਾਬ ਹੋ ਗਏ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ ਚ ਕੋਈ ਸੱਚਾਈ ਹੈ। ਪਿਛਲੇ ਕਿੰਨੇ ਸਾਲਾਂ ਤੋਂ, ਔਰ ਜਿਵੇਂ ਹਿਸਟਰੀ ਚੱਲੀ ਕਿ ਅਸੀਂ ਕਿੰਨੇ ਜਿਹੜੇ ਆਂਗਨਵਾੜੀ ਸੈਂਟਰ ਸਕੂਲਾਂ 'ਚ ਸਿਰਫ ਇਸ ਕਰਕੇ ਸ਼ਿਫਟ ਕੀਤੇ ਸੀ ਕਿ ਉਹਨਾਂ ਕੋਲ ਬਿਲਡਿੰਗ ਹੈ ਨਹੀਂ ਸੀ। ਸੋ ਇਸ ਟਾਈਮ ਮੈਂ ਤੁਹਾਨੂੰ ਦੱਸ ਦੇਵਾਂ ਕਿ 1000 ਆਂਗਨਵਾੜੀ ਸੈਂਟਰ ਪੂਰੇ ਪੰਜਾਬ 'ਚ ਨਵੇਂ ਬਣ ਰਹੇ ਨੇ। ਔਰ ਸਾਡੀ ਕੋਸ਼ਿਸ਼ ਹੈ ਕਿ ਜਿੱਥੇ ਜਿੱਥੇ ਵੀ ਇਹਨਾਂ ਦੀ ਹਾਲਤ ਮਾੜੀ ਹੈ ਉਹਨਾਂ ਨੂੰ ਜਾਂ ਸਕੂਲਾਂ 'ਚ ਸ਼ਿਫਟ ਕਰੀਏ ਜਾਂ ਉਹਨਾਂ ਦੇ ਨਵੇਂ ਸੈਂਟਰ ਬਣਾਏ ਜਾਣ। ਸੋ ਇਨ ਪ੍ਰੋਗਰੈਸ ਹੈ। ਠੀਕ ਹੈ।